ਮੰਮੀ ਆਪਣੀ ਨੂੰ ਪਤਾ ਕੀਤੇ ਕਿਤੇ? ਉਹ ਡਰ ਜੀ ਗਿਆ ਸੀ ਕੱਲ੍ਹ ਮੈਂ ਲੱਭਣ, ਮੈਨੂੰ ਤਾਂ ਕਿਤੇ ਪਤਾ ਨਹੀਂ ਲੱਗਾ, ਕੀ ਪਤਾ ਵੱਡੇ ਵੱਲ ਨਾਲ ਚੱਲ ਗਏ ਹੁਣ ਕਿਤੇ। ਫੋਨ ਫੂਨ ਵੀ ਨਹੀਂ ਆਇਆ ਤੈਨੂੰ? ਨਾ ਨਾ ਫੋਨ ਨਹੀਂ ਆਇਆ, ਮੈਂ ਤਾਂ ਸਗੋਂ ਹੁਣ ਚੱਲਿਆ ਹਾਂ, ਮੈਂ ਚੱਲ ਵੇਖ ਕੇ ਆਉਂਦਾ ਇੱਕ ਵਾਰੀ, ਸ਼ਾਇਦ ਮੰਮੀ ਕਿਤੇ ਮੇਰੀ ਜਾਣ। ਅਤੇ ਜਾ ਵੇਖ ਕੇ ਆ ਫਿਰ, ਪਤਾ ਕਰ ਕਿੱਥੇ ਆ। ਚਲੋ ਠੀਕ ਹੈ ਡੈਡੀ ਜੀ, ਮੈਂ ਪਤਾ ਕਰਕੇ ਆਉਂਦਾ ਫਿਰ। ਆਹੋ ਜਾ। ਡੈਡੀ ਦੇ ਕਹਿਣ 'ਤੇ ਮੈਂ ਬਾਹਰ ਆ ਤਾਂ ਗਿਆ ਵਾਂ ਕਿ ਮੰਮੀ ਨੂੰ ਵੇਖਣ ਚੱਲਿਆ, ਹੁਣ ਮੈਂ ਮੰਮੀ ਨੂੰ ਕਿੱਥੇ ਵੇਖਾਂ। ਚਲੋ ਵੇਖ ਲੈਂਦੇ ਹਾਂ ਜਾ ਕੇ, ਕਿਤੇ ਮਿਲ ਜਾਣ 'ਤੇ ਟੈਨਸ਼ਨ ਨਹੀਂ ਹੈ। ਨਹੀਂ ਨਹੀਂ ਅਜੇ ਨਹੀਂ ਕੁਛ ਵੀ ਖਾਣਾ ਮੈਂ। ਹੁਣ ਕੀ ਸਲਾਹ ਚੱਲਣ ਦੀ ਤੁਹਾਡੀ ਮਾਮਾ ਧੀਆਂ ਦੀ? ਕੁਛ ਵੀ ਨਹੀਂ, ਸਾਡੀ ਕਾਹਦੀ ਸਲਾਹ ਚੱਲਣੀ ਹੈ। ਹੁਣ ਤੁਹਾਨੂੰ ਸੁੱਖ ਦਾ ਸਾਹ ਆ ਗਿਆ, ਉਹਨੂੰ ਵਿਚਾਰੀ ਨੂੰ ਬੁੱਢੀ ਨੂੰ ਘਰੋਂ ਬਾਹਰ ਕੱਢ ਕੇ, ਜੋ ਚਾਰ ਦਿਨ ਆਈ ਸੀ ਤਾਂ ਉਹਨੂੰ ਰਹਿਣ ਦਿੰਦੇ, ਉਹਨੂੰ ਤਾਨੇ ਮਿਹਣੇ ਮਾਰ ਕੇ ਮਜਬੂਰ ਘਰ ਤੁਹਾਨੂੰ ਘਰੋਂ ਨਿਕਲਦਾ। ਇਹ ਘਰ ਨਾ ਮੇਰੇ ਧੀ ਜਵਾਈ ਵਾਸਤੇ ਆ, ਐਰੇ ਗੈਰੇ ਵਾਸਤੇ ਨਹੀਂ ਆ। ਜਿਹੜਾ ਮਰਜ਼ੀ ਇੱਥੇ ਆਣ ਕੇ ਰਹਿ ਪਏ, ਤੁਸੀਂ ਤਾਂ ਆਸ਼ਰਮ ਖੋਲਿਆ ਵਾ, ਸਾਰੇ ਇੱਥੇ ਆਣ ਕੇ ਰਹੀ ਜਾਣ। ਚੱਲ ਨਹੀਂ ਕੁੜੀਏ, ਤੇਰੇ ਪਿਓ ਦਾ ਤਾਂ ਦਿਮਾਗ ਖਰਾਬ ਹੋ ਗਿਆ ਵਾ। ਦਿਮਾਗ ਮੇਰਾ ਖਰਾਬ ਨਹੀਂ ਹੋਇਆ, ਤੁਹਾਡਾ ਦੋਨਾਂ ਦਾ ਦਿਮਾਗ ਖਰਾਬ ਹੋਇਆ, ਜਿਹੜਾ ਨੂੰ ਤੁਸੀਂ ਘਰੋਂ ਕੱਢ ਕੇ ਸਾਹ ਲਿਆ ਵਾ। ਓਹੋ ਡੈਡ ਜੀ, ਤੁਸੀਂ ਇੰਨੀ ਟੈਨਸ਼ਨ ਨਾ ਲਓ, ਉਹ ਤਾਂ ਦੂਸਰਾ ਮੁੰਡਾ ਹੈਗਾ ਵਾ, ਆਪੇ ਉਹਦੇ ਵੱਲ ਚੱਲ ਜੂਗੀ। ਤੁਹਾਡੇ ਦੋਨਾਂ ਦੇ ਪੱਲੇ ਕੁਝ ਨਹੀਂ ਪੈਣਾ, ਇੱਦਾਂ ਕੋਈ ਘਰੋਂ ਕੱਢਦਾ, ਕੋਈ ਸੱਤ ਬਗਾਨਿਆਂ ਨੂੰ ਵੀ ਨਹੀਂ ਕੱਢਦਾ, ਉਹ ਤਾਂ ਫਿਰ ਸਾਡੀ ਕੁਰਮਣੀ। ਅਸੀਂ ਕਿਹੜਾ ਉਹਨੂੰ ਧੱਕੇ ਮਾਰ ਕੇ ਕੱਢਿਆ ਵਾ, ਆਪੇ ਗਈ ਆ, ਜਿਹੋ ਕੰਮ ਕਰਦੀ ਹੈ ਤਾਂ ਆਪਣੀ ਕਰਤੂਤ ਲੈ ਕੇ ਆਪੇ ਚੱਲ ਗਈ ਆ। ਤੁਸੀਂ ਜਾਓ ਆਪਣੇ ਕੰਮ 'ਤੇ, ਲੇਟ ਹੋਣ ਡੇ ਜੋ, ਇੱਥੇ ਸਾਡੇ ਨਾਲ ਝਗੜਾ ਪਾ ਕੇ ਬਹਿ ਗਏ ਜੋ, ਇੱਥੇ ਜੋ ਹੋਊਗਾ ਨਾ ਅਸੀਂ ਆਪੇ ਵੇਖ ਲਾਂਗੇ। ਜਾਣਾ ਮੈਂ ਤੁਹਾਡੇ ਤੋਂ, ਮੈਂ ਅੱਕ ਗਿਆ, ਤੁਹਾਡੇ ਨਹੀਂ ਕੋਈ ਪੱਲੇ ਪੈਣਾ। ਲੱਗਦੇ ਤਾਂ ਮੰਮੀ ਆ, ਰਾਤ ਦਾ ਮੈਂ ਲੱਭਣ ਡਿਆ ਤਾਂ ਮੰਮੀ ਇੱਥੇ ਬੈਠੇ, ਚੱਲ ਪੁੱਛਣਾ ਵਾ। ਮੰਮੀ ਤੁਸੀਂ ਇੱਥੇ ਬੈਠੇ ਜੇ, ਸਾਰੀ ਰਾਤ ਮੈਂ ਤੁਹਾਨੂੰ ਲੱਭਦਾ ਰਿਹਾ ਵਾਂ। ਨਹੀਂ ਤੈਨੂੰ ਆ ਗਿਆ ਮੇਰਾ ਚੇਤਾ, ਸਾਰੀ ਰਾਤ ਨਾ ਮੈਂ ਗੁਰਦੁਆਰੇ 'ਚ ਗੁਜ਼ਾਰੀ ਆ, ਉਹਦਾ ਤਾਂ ਤੂੰ ਮਾਂ ਨੂੰ ਇੱਕ ਵਾਰੀ ਨਹੀਂ ਰੋਕਿਆ, ਸਹੁਰਿਆਂ ਦਾ ਬਣ ਗਿਆ ਸੀ ਨਾ ਤੂੰ। ਰੋਕਾਂ ਮੰਮੀ ਮੈਂ ਤੁਹਾਨੂੰ ਕੀ, ਨਿੱਕੀ ਨਿੱਕੀ ਗੱਲ ਤੋਂ ਝੱਟ ਤੁਸੀਂ ਝੋਲਾ ਚੁੱਕ ਕੇ ਤੁਰ ਪੈਂਦੇ ਜੇ। ਕਈ ਵਾਰੀ ਮੈਂ ਤੁਹਾਨੂੰ ਸਮਝਾਇਆ ਵਾ ਵੀ ਜਿੱਥੇ ਮੈਂ ਰਹਿਣ ਡਿਆ ਨਾ ਚੁੱਪ ਕਰਕੇ ਰਹੀ ਜਾਈਏ, ਜਦੋਂ ਮਾੜਾ ਜਿਹਾ ਕੰਮ ਕਾਰ ਸੈੱਟ ਹੁੰਦਾ ਵਾ ਤਾਂ ਕਿਤੇ ਲੈ ਲਾਂਗੇ ਮਕਾਨ, ਹੁਣ ਇਮੀਡੀਏਟਲੀ ਕਿੱਥੋਂ ਲੈ ਲਾਂ ਮੈਂ? ਨਹੀਂ ਤੇਰੇ ਸਹੁਰਿਆਂ ਦੇ ਘਰ 'ਚ ਮੇਰੀ ਕੋਈ ਇੱਜ਼ਤ ਹੈਗੀ ਆ? ਓਹੋ ਮੰਮੀ, ਮੈਨੂੰ ਤਾਂ ਸਮਝ ਨਹੀਂ ਤੁਹਾਨੂੰ ਹੋ ਕੇ ਗਿਆ, ਤੁਸੀਂ ਇੱਜ਼ਤ ਤੋਂ ਕੀ ਲੈਣਾ, ਰਹਿਣਾ ਤਾਂ ਤੁਸੀਂ ਆਪਣੇ ਪੁੱਤ ਨਾਲ ਲੈਣਾ, ਅਤੇ ਫਿਰ ਤੁਹਾਨੂੰ ਉਹਨਾਂ ਨਾਲ ਕੀ ਆ? ਤੇਰੀ ਸੱਸ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਬੋਲਦੀ ਨਹੀਂ ਆ, ਸੱਤ ਤੂੜੀਆਂ ਪਾਉਂਦੀ ਮੇਰੇ ਵੱਲ ਵੇਖ ਕੇ, ਮੇਰੇ 'ਤੇ ਇੱਡਾ ਵੱਡਾ ਝੂਠਾ ਇਲਜ਼ਾਮ ਲਾਤਾ ਵੀ ਮੈਂ ਚੋਰਨੀ ਆ। ਓਹੋ ਮੰਮੀ, ਤੁਸੀਂ ਉਹਦੀ ਮਾਂ ਕੋ ਕੀ ਲੈਣਾ, ਉਹ ਜੋ ਬੋਲਦੀ ਆ ਨਾ ਉਹਨੂੰ ਬੋਲਣ ਦਿਓ, ਠੀਕ ਆ? ਅਤੇ ਬਸ ਥੋੜ੍ਹੀ ਦੇਰ ਰੁਕੋ, ਜਿੰਨੀ ਵੀ ਜਾਇਦਾਦ ਆ ਨਾ ਸਾਰੀ ਤੁਹਾਡੇ ਪੁੱਤ ਦੇ ਹੱਥ 'ਚ ਆ ਜਾਣੀ ਆ, ਅਤੇ ਫਿਰ ਦੋਵੇਂ ਜਾਣੇ ਨਾ ਮਹਿਲ 'ਚ ਰਹਾਂਗੇ ਅਤੇ ਨਜ਼ਾਰੇ ਲਵਾਂਗੇ ਨਜ਼ਾਰੇ, ਮੰਨ ਕੇ ਵੇਖੋ ਮੇਰੀ ਗੱਲ। ਕੀ ਮਤਲਬ ਤੇਰਾ? ਮਤਲਬ ਮੇਰਾ ਮੰਮੀ ਇਹ ਆ, ਥੋੜ੍ਹੀ ਦੇਰ ਰੁਕ ਜਾਓ, ਮੈਂ ਹੌਲੀ ਹੌਲੀ ਕਰਕੇ ਨਾ ਉਹਨਾਂ ਦੀ ਦੁਕਾਨ ਮਕਾਨ ਸਾਰਾ ਕੁਛ ਆਪਣੇ ਨਾਲ ਲਵਾ ਲੈਣਾ, ਅਤੇ ਫਿਰ ਆਪਾਂ ਦੋਵੇਂ ਮਾਲਕ ਅਤੇ ਉਹ ਸਾਡੇ ਕਿਰਾਏਦਾਰ। ਅਤੇ ਦੂਜੀ ਗੱਲ ਇੱਕ ਹੋਰ ਸੁਣ ਲਓ, ਜੇ ਤੁਸੀਂ ਹੁਣ ਤਜਿੰਦਰ ਕੋਲ ਜਾਣਾ ਨਾ
ਚਲ ਜਾਓ, ਮੈਨੂੰ ਨਹੀਂ ਲੱਗਦਾ ਉਹ ਤੁਹਾਨੂੰ ਘਰ ਵੜੂਗਾ। ਨਾਲੇ ਗੱਲ ਹੋਰ, ਉਹਦੇ ਕੋਲ ਤਾਂ ਆਪਣਾ ਸਿਰ ਧੱਕਣ ਨੂੰ ਥਾਂ ਨਹੀਂ ਆ, ਧੱਕੇ ਖਾਣ ਡਿਆ, ਤੁਹਾਨੂੰ ਵੀ ਧੱਕੇ ਖਵਾਊਗਾ ਧੱਕੇ। ਸੋਚ ਕੇ ਵੇਖਿਓ ਇਹ ਗੱਲ, ਸੋਚ ਕੇ ਕਿ ਮੇਰੇ ਨਾਲ ਰਹਿ ਕੇ ਨਜ਼ਾਰੇ ਲੈਣੇ ਆ ਕਿ ਉਹਦੇ ਵੱਲ ਜਾ ਕੇ ਧੱਕੇ ਖਾਣੇ ਆ ਤੁਸੀਂ। ਗੱਲ ਤਾਂ ਤੇਰੀ ਬਿਲਕੁਲ ਸਹੀ ਆ, ਤੇ ਜਿੰਦਾ ਨਾ ਰਵਾਂਗੀ ਤੇ ਧੱਕੇ ਹੀ ਖਾਵਾਂਗੀ, ਤੇ ਕਿਉਂ ਨਾ ਮਾਂ ਪੁੱਤ ਰਲ ਕੇ ਇਹਨਾਂ ਦੀ ਜਾਇਦਾਦ 'ਤੇ ਕਬਜ਼ਾ ਕਰ ਲਈਏ। ਤੇਰਾ ਵਿਆਹ ਤਾਂ ਮੈਂ ਇਸੇ ਲਾਲਚ ਵਿੱਚ ਕੀਤਾ ਸੀ ਵੀ ਇਹਨੇ ਦਾ ਕੋਲ ਇੰਨੀ ਕੁ ਜਾਇਦਾਦ ਆ ਤੇ ਉਹ ਇੱਕ ਦਿਨ ਮੇਰੇ ਪੁੱਤ ਦੀ ਹੋਏਗੀ। ਪੋਤਰਾ ਸਹੀ ਸਕੀਮ ਦਿੱਤੀ ਆ ਤੂੰ। ਚੱਲ ਮੰਮੀ, ਹੁਣ ਸੋਚਣ ਕੀ ਲੱਗ ਪਈ ਹਾਂ, ਚੱਲ ਚੱਲੀਏ ਤੇ ਕੋਈ ਉੱਥੇ ਨਵੀਂ ਸਕੀਮ ਲੜਾਉਂਦੇ ਜਾ ਕੇ। ਪਰ ਜੀਤੇ, ਮੇਰਾ ਜੀ ਜਿਹਾ ਨਹੀਂ ਕਰਦਾ ਤੇਰੇ ਸਹੁਰਿਆਂ ਦੇ ਘਰ ਜਾ ਕੇ ਰਹਿਣ ਨੂੰ। ਤੂੰ ਸਹੁਰਿਆਂ ਕੋ ਕੀ ਲੈਣਾ ਮੰਮੀ, ਤੇਰਾ ਉੱਥੇ ਪੁੱਤ ਬੈਠਾ ਵਾ, ਮੇਰੀ ਉਂਗਲ ਨਾਲ ਚੱਲਦੇ ਆ ਉਹ, ਜਿੱਦਾਂ ਮੈਂ ਕਹਿੰਦਾ ਉੱਦਾਂ ਕਰਦੇ ਆ। ਪਰ ਮੇਰੇ 'ਤੇ ਐਡਾ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਚੋਰੀ ਦਾ, ਉਹ ਵੀ ਤੂੰ ਮੇਰੀ ਕਿੱਟ 'ਚ ਚੈੱਕ ਪਾਇਆ ਸੀ ਤੇਰੇ ਕਰਕੇ, ਮੈਂ ਆਹ ਜਿਹੜੀ ਬੇਇੱਜ਼ਤੀ ਬਰਦਾਸ਼ਤ ਕੀਤੀ ਆ। ਚੱਲ ਮੰਮੀ, ਇਸ ਗੱਲ ਹੁਣ ਤਾਂ ਤੂੰ ਮੈਨੂੰ ਮਾਫ਼ ਕਰ ਹਾਂ, ਅਤੇ ਤੂੰ ਇੱਕ ਵਾਰੀ ਮੇਰੀ ਗੱਲ ਮੰਨ ਕੇ ਵੇਖ, ਅਤੇ ਆਉਣ ਵਾਲੇ ਸਮੇਂ 'ਚ ਰਾਜ ਕਰਾਂਗੇ ਰਾਜ। ਪੁੱਤਰਾ ਗੱਲ ਤਾਂ ਤੇਰੀ ਠੀਕ ਆ, ਇਹਨਾਂ ਦੀ ਪ੍ਰੋਪਰਟੀ 'ਤੇ ਨਾ ਰਾਜ ਕਰਾਂਗੇ ਰਾਜ। ਹੁਣ ਆਈ ਮਾਤਾ ਤੈਨੂੰ ਸਮਝ, ਮੈਂ ਕਿੱਟ ਫੜਨਾ ਅਤੇ ਚਲੋ ਚੱਲੀਏ, ਲਿਆਓ ਫੜਾਓ ਮੈਨੂੰ। ਭਾਅ ਜੀ ਇੱਕ ਆਈਡੀਆ ਦਾ ਰੀਚਾਰਜ ਕਰ ਲਿਆ। ਹਾਂਜੀ, 99 1 1 4 0। ਹਾਂਜੀ, ਫਿਰ 0। ਹਾਂਜੀ, 1 0। ਹਾਂਜੀ, 6 1 6 1 ਆਈਡੀਆ ਦਾ। ਹਾਂਜੀ, 300 ਵਾਲਾ। ਠੀਕ ਆ ਜੀ। ਹਾਂਜੀ, ਹੋ ਗਿਆ ਜੀ ਭਾਅ ਜੀ। ਹੋ ਗਿਆ। ਹਾਂਜੀ, ਵੇਖਿਆ ਮੰਮੀ, ਮੰਮੀ ਜੇ ਘਰੋਂ ਬਾਹਰ ਗਈ ਹੈ ਤਾਂ ਘਰ 'ਚ ਕਿੰਨੀ ਸ਼ਾਂਤੀ ਆ। ਚੰਗਾ ਹੋਇਆ ਪੂਜਾ ਚਲ ਗਈ ਆ, ਤੇ ਮੈਨੂੰ ਤਾਂ ਸੂਲ ਵਾਂਗੂ ਚੁੱਭਦੀ ਸੀ ਇੱਥੇ ਬੈਠੀ, ਇੰਨੀ ਬੁਰੀ ਲੱਗਦੀ ਸੀ ਬੈਠੀ, ਮੈਂ ਕਹਿੰਦੀ ਕਦੋਂ ਇਹ ਨਿਕਲੂਗੀ ਇੱਥੋਂ ਅਤੇ ਕਦੋਂ ਸਾਡਾ ਘਰ ਕਿਤੇ ਸਵਰਗ ਬਣੂਗਾ। ਸ਼ੁਕਰ ਹੋਇਆ ਪਰਮਾਤਮਾ ਦਾ ਚਲ ਗਈ ਆ। ਪਰ ਇੱਕ ਗੱਲ ਹੋਰ ਹੀ ਹੋ, ਹਾਂਜੀ, ਤੇਰੇ ਡੈਡੀ ਨੇ ਤਾਂ ਜੀਤੇ ਨੂੰ ਲੱਭਣ ਘਲਾਇਆ ਵੀ ਜਾ ਲੱਭ ਕੇ ਲਿਆ ਕਿੱਥੇ ਗਈ ਆ। ਉਹ ਮੰਮੀ ਕੋਈ ਗੱਲ ਨਹੀਂ, ਉਹ ਤਾਂ ਸਿਰਫ ਡੈਡੀ ਦੇ ਕਹਿਣ 'ਤੇ ਉਹ ਘਰੋਂ ਗਏ ਨੇ ਉਹਨਾਂ ਨੂੰ ਲੱਭਣ। ਵੇਖਿਓ, ਮੈਨੂੰ ਪਤਾ ਉਹ ਇਕੱਲੇ ਹੀ ਆਊਗੇ ਵਾਪਿਸ, ਮੰਮੀ ਨੂੰ ਨਹੀਂ ਲੈ ਕੇ ਆਉਂਦੇ।
ਤੇ ਜੇ ਫਿਰ ਲੈ ਕੇ ਆ ਗਿਆ ਫਿਰ ਕੀ ਕਰਾਂਗੇ, ਮਸਾਂ ਤਾਂ ਕੱਢੀ ਆ। ਮੰਮੀ ਤੁਸੀਂ ਇੱਦਾਂ ਨਾ ਹੈਗੋ। ਮੈਂ ਤਾਂ ਕਹਿੰਦੀ ਹਾਂ ਸੱਚ ਹੀ ਹੋਵੇ, ਜੀਤਾ ਨਾ ਹੀ ਲੈ ਕੇ ਆਵੇ ਉਹਨੂੰ ਲੱਭ ਕੇ, ਜਿੱਥੇ ਗਈ ਉੱਥੇ ਹੀ ਰਹੇ। ਤੁਸੀਂ ਟੈਨਸ਼ਨ ਨਾ ਲਓ, ਇਹ ਕੱਲ੍ਹ ਵੀ ਮੰਮੀ ਨੂੰ ਲੱਭਣ ਗਏ ਸੀ ਅਤੇ ਇੱਦਾਂ ਹੀ ਆ ਗਏ ਸੀ, ਅਤੇ ਅੱਜ ਫਿਰ ਇਹਨਾਂ ਨੇ ਇੱਦਾਂ ਹੀ ਘਰ ਆ ਜਾਣਾ ਵਾ ਵਾਪਿਸ। ਲੱਗਦਾ ਆ ਗਏ, ਮੈਂ ਗੇਟ ਖੋਲ੍ਹ ਕੇ ਆਉਂਦੀ ਹਾਂ। ਮੰਮੀ ਜੀ ਤੁਸੀਂ, ਤੂੰ ਕਿਉਂ ਇੰਨਾ ਹੈਰਾਨ ਹੋਈ ਜਾਣ ਡੀ ਆ? ਮੰਮੀ ਆਏ ਆ ਮੇਰੇ ਨਾਲ, ਕੋਈ ਹੋਰ ਥੋੜ੍ਹੀ ਆਇਆ ਵਾ। ਅਤੇ ਇੱਕ ਗੱਲ ਹੋਰ, ਮੰਮੀ ਹੁਣ ਮੇਰੇ ਨਾਲ ਇੱਥੇ ਰਹਿਣਗੇ। ਨਹੀਂ ਨਹੀਂ ਮੈਂ ਹੈਰਾਨ ਕਿਉਂ ਨਾ, ਮੈਂ ਤਾਂ ਸਗੋਂ ਖੁਸ਼ ਹੈਗੀ ਹਾਂ ਕਿ ਮੰਮੀ ਜੀ ਵਾਪਿਸ ਆ ਗਏ। ਆ ਜਾਓ ਮੰਮੀ ਜੀ। ਭੈਣ ਜੀ ਤੁਸੀਂ ਤੁਸੀਂ ਕਿੱਥੇ ਚਲ ਗਏ ਸੀਗੇ? ਮੁੰਡਾ ਕੱਲ੍ਹ ਵੀ ਸਾਰੀ ਲੱਭਦਾ ਰਿਹਾ ਤੁਹਾਨੂੰ, ਸਾਰੀ ਰਾਤ ਵੀ ਪਰੇਸ਼ਾਨੀ 'ਚ ਲੰਘੀ, ਕੱਲ੍ਹ ਸਾਰਾ ਦਿਨ ਲੱਭਣ ਤੁਰਿਆ ਰਿਹਾ ਅਤੇ ਰਾਤ ਇੰਨੀ ਪਰੇਸ਼ਾਨੀ 'ਚ ਲੰਘੀ ਕੋਈ ਹਿਸਾਬ ਹੀ ਨਹੀਂ, ਅਤੇ ਅੱਜ ਫਿਰ ਸਵੇਰ ਦਾ ਨਿਕਲਿਆ ਤਾਂ ਤੁਸੀਂ ਕਿੱਥੇ ਚਲ ਗਏ ਸੀਗੇ? ਇੰਨਾ ਗੁੱਸਾ ਲੱਗ ਗਿਆ ਤੁਹਾਨੂੰ, ਘਰ ਹੀ ਛੱਡ ਕੇ ਚਲ ਗਏ ਤੁਸੀਂ? ਭੈਣ ਜੀ ਮੰਮੀ ਜੀ ਹੁਣ ਅੱਜ ਤੋਂ ਨਾ ਮੰਮੀ ਸਾਡੇ ਨਾਲ ਹੀ ਰਹਿਣਗੇ, ਜਿੰਨਾ ਚਿਰ ਮੇਰਾ ਕੰਮ ਕਾਰ ਨਹੀਂ ਨਾ ਸੈੱਟ ਹੋ ਜਾਂਦਾ ਉਹਨਾਂ ਤੱਕ ਮੰਮੀ ਸਾਡੇ ਨਾਲ ਹੀ ਰਹਿਣਗੇ। ਅਤੇ ਨਾਲੇ ਇੱਕ ਗੱਲ ਹੋਰ, ਮੰਮੀ ਜੀ ਨੇ ਨਾ ਮੈਨੂੰ ਸਾਰਾ ਕੁਝ ਦੱਸਤਾ ਵਾ, ਉਹ ਜਿਹੜਾ ਚੈੱਕ ਸੀ ਨਾ ਉਹ ਪਤਾ ਨਹੀਂ ਕਿੰਨੇ ਪਾਤਾ ਮੰਮੀ ਦੇ ਬੈਗ ਦੇ ਵਿੱਚ, ਅਤੇ ਇਸ ਕਰਕੇ ਮੰਮੀ ਨੇ ਨਹੀਂ ਉਹ ਕੰਮ ਕੀਤਾ। ਅਤੇ ਚਲੋ ਮੰਮੀ ਤੁਸੀਂ ਅੰਦਰ। ਓਹੋ ਮੰਮੀ ਇਹ ਤਾਂ ਸਾਰੀ ਬਾਜੀ ਪੁੱਠੀ ਪੈ ਗਈ। ਹੁਣ ਤਾਂ ਤੇਰੀ ਸੱਸ ਨੂੰ ਅਸੀਂ ਕੁਛ ਕਹਿ ਵੀ ਨਹੀਂ ਸਕਦੇ ਕਿਉਂਕਿ ਉਹਦਾ ਮੁੰਡਾ ਉਹਦੇ ਨਾਲ ਖੜਾ ਵਾ। ਮੰਮੀ ਇਹ ਟੈਨਸ਼ਨ ਨਾ ਤੁਸੀਂ ਛੱਡ ਦਿਓ, ਇਹ ਤਾਂ ਮੈਂ ਪਤਾ ਕਰਦੀ ਹਾਂ ਪਹਿਲਾਂ ਕਿ ਇਹ ਮੰਮੀ ਨੂੰ ਵਾਪਿਸ ਲਿਆਇਆ ਕਿਉਂ ਆ। ਇੱਥੇ ਬੈਠੋ ਮੰਮੀ, ਅਤੇ ਬਸ ਇਸ ਘਰ 'ਚ ਨਾ ਹੁਣ ਤੁਸੀਂ ਰਾਣੀ ਬਣ ਕੇ ਰਹਿਣਾ। ਰਾਣੀ ਰਾਣੀ ਬਣਨ ਵਾਸਤੇ ਨਾ ਹੱਥ ਪੱਲੇ ਵੀ ਕੁਛ ਹੋਣਾ ਚਾਹੀਦਾ ਆ। ਇੱਕ ਮਿੰਟ ਰੁਕ ਮਾਤਾ, ਤੈਨੂੰ ਚੀਜ਼ ਵਿਖਾਉਣ। ਆ ਵੇਖੋ ਮੇਰੇ ਇਹ ਸਾਰੀ ਇੱਕ ਮਹੀਨੇ ਦੀ ਕਮਾਈ ਹੈ। ਇੰਨੇ ਪੈਸੇ ਇਹ ਕਿਵੇਂ? ਇਹ ਤਾਂ ਬਸ ਟ੍ਰੇਲਰ ਆ, ਪਿਕਚਰ ਹਲੇ ਬਾਕੀ ਆ। ਅਤੇ ਸੋਚੋ ਜੇ ਮੈਂ ਇੱਕ ਮਹੀਨੇ 'ਚ ਇੰਨੇ ਪੈਸੇ ਕਮਾ ਸਕਦਾ ਵਾਂ ਨਾ, ਅਤੇ ਆਉਣ ਵਾਲੇ ਸਮੇਂ 'ਚ ਨਾ ਦੋਵੇਂ ਜਾਣੇ ਕਰੋੜਾਂ 'ਚ ਖੇਡਾਂਗੇ, ਕਰੋੜਾਂ 'ਚ। ਪਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ? ਮੈਨੂੰ ਤਾਂ ਲੱਗਦਾ ਤੂੰ ਜ਼ਰੂਰ ਹੇਰਾ ਫੇਰੀ ਕੀਤੀ ਹੋਏਗੀ। ਉਹ ਗੱਲ ਛੱਡੋ ਹਾਂ ਮੰਮੀ ਤੁਸੀਂ, ਪਰ ਇਸ ਸਮੁੰਦਰ 'ਚੋਂ ਇੱਕ ਬਾਲਟੀ ਕੱਢ ਲਈਏ ਨਾ ਤਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਅਤੇ ਇਹ ਤਾਂ ਬੜੀ ਛੋਟੀ ਰਕਮ ਆ, ਅੱਗੇ ਅੱਗੇ ਵੇਖੋ ਬਣਦਾ ਕੀ ਆ। ਇਹ ਤਾਂ ਪੁੱਤਰਾ ਤੇਰੀ ਗੱਲ ਬਿਲਕੁਲ ਸਹੀ ਆ, ਸਮੁੰਦਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਬਸ ਮਾਤਾ ਤੂੰ ਹੁਣ ਤਿਆਰੀ ਕਰ ਲਾ ਰਾਣੀ ਬਣਨ ਦੀ, ਇੱਕ ਘਰ ਵੀ ਆਪਣਾ ਅਤੇ ਨੋਟ ਵੀ ਆਪਣੇ, ਅਤੇ ਨਾਲੇ ਵੇਖ ਲਿਆ ਫਿਰ ਆਪਣੇ ਮੁੰਡੇ ਦਾ ਦਿਮਾਗ। ਅਤੇ ਤੂੰ ਮੰਮੀ ਐਵੇਂ ਡਰਾਮੇ ਕਰੀ ਜਾਂਦੀ ਹਾਂ, ਮੈਂ ਨਹੀਂ ਰਹਿਣਾ ਮੈਂ ਨਹੀਂ ਰਹਿਣਾ, ਵੇਖ ਨੋਟ ਹੀ ਨੋਟ ਰਹੇ ਆਪਣੇ ਕੋਲ, ਹੁਣ ਨਹੀਂ ਜਿੰਦਾ ਕਿਸੇ ਚੀਜ਼ ਦੀ। ਨਾ ਪੁੱਤ ਮੈਂ ਡਰਾਮਾ ਨਹੀਂ ਕਰਦੀ,
ਪਰ ਹੁਣ ਇਹਨਾਂ ਪੈਸਿਆਂ ਨੂੰ ਵੇਖ ਕੇ ਨਾ ਹੁਣ ਤਾਂ ਵੱਡਾ ਡਰਾਮਾ ਕਰਕੇ ਨਾ ਇਹਨਾਂ ਦੇ ਘਰ ਹੱਥ ਮਾਰਨ ਦੀ ਲੋੜ ਆ। ਮੰਮੀ ਸਾਨੂੰ ਡਰਾਮਾ ਕਰਨ ਦੀ ਕੋਈ ਲੋੜ ਨਹੀਂ। ਮੇਰਾ ਸਹੁਰਾ ਨਾ ਜਿਹੜਾ ਅੱਖਾਂ ਮੀਟ ਕੇ ਮੇਰੇ 'ਤੇ ਵਿਸ਼ਵਾਸ ਕਰਦਾ ਵਾ ਅਤੇ ਉਹਦੇ ਵਿਸ਼ਵਾਸ ਦਾ ਫਾਇਦਾ ਚੱਕਣਾ ਤਾਂ ਫਿਰ ਬਣਦਾ ਹੀ ਆ। ਅਤੇ ਮੰਮੀ ਹੁਣ ਨਾ ਇਹਨਾਂ ਨੂੰ ਆਪਾਂ ਨਾ ਜਿੱਦਾਂ ਕੱਢਿਆ ਨਾ ਉੱਦਾਂ ਹੀ ਸਾਂਭ ਦਈਏ। ਅੱਛਾ, ਇਹ ਸਾਡੇ ਘਰ 'ਚ ਰਹਿ ਕੇ ਅਤੇ ਸਾਨੂੰ ਹੀ ਲੁੱਟਣ ਦੀਆਂ ਤਿਆਰੀਆਂ ਕਰਦੇ ਨੇ। ਮੈਨੂੰ ਲੱਗਦਾ ਡੈਡ ਜੀ ਨਾਲ ਗੱਲ ਕਰਨੀ ਪੈਣੀ ਆ। ਸਾਡੇ ਕਮਰੇ 'ਚ ਕਿਹੜਾ ਕੋਈ ਆਉਂਦਾ? ਵਾਹ ਵਾਹ, ਤੁਹਾਨੂੰ ਮਾਸਾ ਸ਼ਰਮ ਨਹੀਂ ਆਈ ਦੋਨਾਂ ਨੂੰ ਸਾਡੇ ਘਰ 'ਚ ਆ ਕਰ ਦੂਤਾ ਕਰਦੇ? ਨਾ ਪੂਜਾ, ਕੀ ਕਹਿਣ ਡਈ ਆ ਤੂੰ? ਸ਼ਰਮ ਵਾਲੀ ਕਿਹੜੀ ਗੱਲ ਆ, ਅਸੀਂ ਤਾਂ ਮਾਂ ਪੁੱਤ ਇੱਥੇ ਗੱਲਾਂ ਕਰਨ ਡਏ ਆਪਣੀਆਂ, ਤੂੰ ਆ ਕੇ ਬੋਲਣ ਲੱਗ ਪਈ ਆ। ਮੇਰੇ ਸਾਹਮਣੇ ਨਾ ਆ ਭੋਲੇ ਮੂੰਹ ਬਣਾਉਣ ਦੀ ਨਾ ਕੋਈ ਲੋੜ ਨਹੀਂ ਆ। ਮੈਂ ਨਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਅਤੇ ਤੁਹਾਡੀਆਂ ਕਰਤੂਤਾਂ ਵੇਖ ਲਈਆਂ। ਮੈਂ ਇਹ ਸੋਚਣੀ ਆ ਜਿਨ੍ਹਾਂ ਨੂੰ ਮੈਂ ਆਪਣੇ ਘਰ 'ਚ ਜਗ੍ਹਾ ਦਿੱਤੀ ਉਹੀ ਸੱਪ ਨਿਕਲੇ। ਉਹ ਨਹੀਂ ਨਹੀਂ ਯਾਰ, ਤੈਨੂੰ ਕੋਈ ਭੁਲੇਖਾ ਲੱਗਾ ਵਾ, ਤੈਨੂੰ ਮੈਂ ਤਾਂ ਯਕੀਨ ਨਹੀਂ ਹੈਗਾ ਮੈਂ ਇੱਥੇ ਇੱਦਾਂ ਦਾ ਕੰਮ ਕਰ ਸਕਦਾ ਵਾਲਾ। ਮੰਮੀ ਜੀ ਛੇਤੀ ਆਇਓ ਇੱਧਰ। ਉਹ ਤੂੰ ਮੰਮੀ ਨੂੰ ਕਿਉਂ ਆਵਾਜ਼ ਮਾਰਨ ਡਈ ਆ? ਗੱਲ ਤਾਂ ਤਿੰਨਾਂ ਜਾਣਾ, ਅਸੀਂ ਤਿੰਨੇ ਬਹਿ ਕੇ ਸਮੇਟ ਲੈਂਦੇ ਹਾਂ, ਐਵੇਂ ਤੂੰ ਇੰਨਾ ਸ਼ੋਰ ਪਾਈ ਜਾਣੀ ਆ ਘਰ 'ਚ। ਪੂਜਾ ਕੀ ਗੱਲ ਹੋ ਗਈ, ਇੰਨੀ ਕਾਹਲੀ ਕਾਹਲੀ ਕਿਉਂ ਬੁਲਾਇਆ ਮੈਨੂੰ?